बात करते हैं पंजाब की, जहां शासन की ओर से समराला के नजदीक गांव अगारी तरखाना में गांव ढाणे तक बरसाती नाले के निर्माण का मामला कुछ दिनों से गरमाया हुआ है। इसी को लेकर भारतीय किसान यूनियन के कार्यकर्ताओं ने नाले का काम शुरू करने के लिए खन्ना नवा शहर रोड पर ट्रैक्टर ट्राली लगाकर धरना दिया। जल्द पूरा करने को लेकर एक सप्ताह में दूसरी बार धरना दिया है। इस धरने में सैकड़ों किसान शामिल हुए। बीकेयू कादियान के करदीप सिंगा ग्यारसपुर ने कहा है कि हम बरसाती नाले के निर्माण के लिए कई वर्षों से संघर्ष कर रहे हैं, लेकिन नाले का काम नहीं किया जा रहा है। पानी की निकासी न होने से, भारी बारिश होने से, बाढ़ आने पर हजारों एकड़ फसल खराब हो जाती है। आगे उन्होंने कहा है कि जब तक हमारी मांगे पूरी नहीं हो जाती तब तक धरना जारी रहेगा। समराला से अनुराग संदल की रिपोर्ट। तो एक साडा जिहड़ा मुख्य कारण आ वी साडे इक ट्रेन जांदी आ ऊरने तों लै के आपणे ਢੰਡਿਆ ਸਾਹਿਬਨ ਤੱਕ, ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਲਾ ਰਹੇ ਹਾਂ। ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੀ, ਕਿਉਂਕਿ ਜਦ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ। ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ, ਪਰ ਕੱਲ੍ਹ ਫਿਰ ਉੱਥੇ ਮਿੰਟੀ ਦਾ ਵੀ ਕੰਮ ਰੋਕ ਦਿੱਤਾ ਗਿਆ ਵਾ ਅਤੇ ਕੰਮ ਬੰਦ ਆ। ਅਸੀਂ ਉਸ ਰੋਸ ਵਜੋਂ ਅੱਜ ਧਰਨਾ ਲਾਇਆ ਗਿਆ। ਪ੍ਰਸ਼ਾਸਨ ਨੇ ਸਾਨੂੰ ਕੱਲ੍ਹ ਉੱਧਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ, ਮਿਣਤੀ ਕਰਾਵਾਂਗੇ, ਪਰ ਮਿਣਤੀ ਦਾ ਕੰਮ ਬੰਦ ਹੋ ਗਿਆ। ਕੱਲ੍ਹ ਹੋਈ ਨਹੀਂ ਮਿਣਤੀ ਅੱਗੇ, ਅਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ, ਉੱਥੋਂ ਕਹਾ ਬੰਦ ਆ, ਕਿਉਂਕਿ ਬਾਰਿਸ਼ ਦਾ ਟਾਈਮ ਆ, ਕਦੇ ਵੀ ਬਾਰਿਸ਼ ਆ ਸਕਦੀ ਆ। ਅਤੇ ਕੁਝ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਢਾਇਆ ਨਹੀਂ ਗਿਆ, ਇਹ ਸਾਨੂੰ ਰੋਸ ਆ, ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਹਾਂ। ਇਹ ਧਰਨਾ ਜਿਹੜਾ ਲਾਇਆ ਅਸੀਂ, ਇੱਕ ਸਾਡੇ ਇਲਾਕੇ ਦੀ ਟ੍ਰੇਨ ਹੈ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ, ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਛ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ। ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਹ ਸੰਘਰਸ਼ ਕਰਦੀ ਆ ਰਹੀ ਹੈ, ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ, ਹੜ੍ਹਾਂ ਦਾ ਪਾਣੀ ਆਉਂਦਾ, ਹਜ਼ਾਰਾਂ ਏਕੜ ਫਸਲ ਹੈ, ਇਸ ਡਰੇਨ ਬੰਦ ਹੋਣ ਦੇ ਕਾਰਨ ਹੈ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ। ਸਾਡੀ ਮਿਹਨਤ ਨੂੰ ਬੂਰ ਪਿਆ। ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੀ ਮਿਣਤੀ ਕਰਵਾ ਕੇ, ਗੜੀ ਪਿੰਡ ਦੀ ਮਿਣਤੀ ਕਰਵਾ ਕੇ, ਜਦੋਂ ਅੱਗੇ ਮਿਣਤੀ ਕਰਵਾਉਣ ਲੱਗੇ ਤਾਂ ਕੁਛ ਬੰਦਿਆਂ ਨੇ ਇਹ ਮਿਣਤੀ ਬੰਦ ਕਰਵਾ ਦਿੱਤੀ ਗਈ ਹੈ। ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚੀਓ, ਆਹ ਇਹ ਪਿੰਡ ਊਰਨ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੇ ਭਾਥਲਾ ਪਾਲਣਾ ਰਹਿੰਦੇ ਢੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ। ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ, ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ। ਸਾਡੇ ਜਥੇਬੰਦੀ ਬੀਕੇ ਯੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖੁਲਵਾਉਣ ਦਾ ਯਤਨ ਕਰ ਰਹੀ ਆ। ਹੁਣ ਕੁਛ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਿਣਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਸੀ ਪਟਾਈ ਦਾ। ਹੁਣ ਫਿਰ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ। ਦੇਖੋ ਇਹ 'ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਡਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਢੰਡਿਆ ਸਾਹਿਬਨ ਤੱਕ। पंजाब सरकार आपके दरबार मिशन के तहत कपूरथला के भंडार बेंट में सरकारी एलिमेंट्री स्कूल में एक शिविर का आयोजन किया गया है, जिसमें डिप्टी कमिश्नर कपूरथला के अलावा जिला प्रशासन के अधिकारी पहुंचे, जिन्होंने विभिन्न विभागों से संबंधित लोगों की समस्याएं सुनी और उनकी शिकायतों का मौके पर ही निपटारा किया। इस अवसर पर डिप्टी कमिश्नर अमित कुमार पांचाल ने बताया कि इस योजना के तहत 43 स्कूल सेवाएं मुफ्त प्रदान की गई है और वहीं ब्लॉक स्तर पर लगाए गए कैंप में विभिन्न गांवों से आए क्षेत्रवासी लाभान्वित हुए। कपूरथला से अजय सबरवाल की रिपोर्ट।
ਤੁਸੀਂ ਇਹ ਪ੍ਰੋਮਿਸ ਸੀਗਾ ਅੱਗੇ ਵੀ ਆਪਾਂ ਜਦੋਂ ਇਲੈਕਸ਼ਨ ਚੱਲਦੇ ਸੀਗੇ ਉਦੋਂ ਵੀ ਅਸੀਂ ਕਹਿੰਦੇ ਰਹੇ ਕਿ ਜਿਹੜੇ ਲਾਸਟ ਕੈਂਪ ਲੱਗੇ ਸੀਗੇ ਉਹ ਸਟਾਰਟਿੰਗ ਸੀਗੀ। ਸੋ ਇਹ ਇਸ ਗੱਲ ਦਾ ਜਿੰਦਾ ਜਾਗਦਾ ਪ੍ਰੂਫ ਆ, ਇਹ ਕੈਂਪ ਜਿਹੜਾ ਆ ਹੁਣ ਕੋਈ ਚੋਣਾਂ ਤਾਂ ਹੈ ਨਹੀਂ, ਅਤੇ ਚੋਣਾਂ ਤੋਂ ਬਾਅਦ ਜਿਹੜਾ ਆ ਸਰਕਾਰ ਜਿਹੜੀ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਇੰਟੈਂਟ ਆ, ਜਿਹੜਾ ਉਹਨਾਂ ਪ੍ਰਤੀ ਜਿਹੜਾ ਵੈਲਫੇਅਰ ਆ, ਜਿਹੜੇ ਉਹਨਾਂ ਲਈ ਕੰਮ ਕਰਨਾ ਚਾਹੁੰਦੀ, ਉਹ ਕਲੀਅਰ ਸਾਫ਼ ਤੌਰ 'ਤੇ ਦਿਖਦਾ ਆ ਕੈਂਪ ਉਹਦਾ ਰਿਜ਼ਲਟ ਹੈ। ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਹੈ, ਜਿਹਦੇ ਵਿੱਚ ਜੋ ਵੱਖ ਵੱਖ ਵਿਭਾਗ ਦੇ ਮੁਖੀ ਨੇ ਉਹ ਵੀ ਇਹਨਾਂ ਕੈਂਪਾਂ ਦੇ ਵਿੱਚ ਸ਼ਾਮਿਲ ਹੋਏ ਨੇ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਪ੍ਰਸ਼ਾਸਨ ਦਾ ਪਹੁੰਚ ਬਣਾ ਕੇ ਜੋ ਉਹਨਾਂ ਦੀ ਸਮੱਸਿਆਵਾਂ ਹੈ ਉਹਨਾਂ ਦਾ ਫੌਰੀ ਤੌਰ 'ਤੇ ਹੱਲ ਕਰੀਏ। ਅੱਜ ਦੇ ਇਸ ਕੈਂਪ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਹੈ। ਇੱਥੇ ਦੇ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਾਡੇ ਕੋਲ ਆਏ ਨੇ, ਉਹਨਾਂ ਦੀ ਕੁਛ ਕੁ ਸਮੱਸਿਆਵਾਂ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਈਆਂ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਫੌਰੀ ਜੋ ਵੀ ਹੱਲ ਬਣਦਾ ਉਹ ਅਸੀਂ ਕਰੀਏ। ਅੱਜ ਅਸੀਂ ਡੀਸੀ ਸਾਹਿਬ ਨੇ ਸੰਗਤ ਦਰਸ਼ਨ ਪ੍ਰੋਗਰਾਮ ਲਾਇਆ ਸੀ, ਅਸੀਂ ਲੋਕਲ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤਾ, ਝੁੱਸੀ ਬੰਦ ਦੀ ਮੰਗ ਆ, ਹੋਰ ਲੋਕਾਂ ਦੀ ਮਾਵਜ਼ੇ ਦੀ ਮੰਗ ਆ, ਹੋਰ ਜਿਹੜੀਆਂ ਲੋਕਲ ਮੰਗਾਂ ਸਾਰੀਆਂ ਰੱਖੀਆਂ ਕਿ ਬਹੁਤ ਸਾਰੇ ਥਾਵਾਂ 'ਤੇ ਲਕਾਈ ਖਰਾਬ ਹੁੰਦੀ ਫਿਰਦੀ ਹੈ, ਅਸਲੀਅਤ ਨੂੰ ਕੋਈ ਫੜਦਾ ਨਹੀਂ ਹੈ, ਉੱਦਾਂ ਹੀ ਖਾਨਾ ਪੂਟੀ ਕਰਕੇ ਪੈਸੇ ਪੂਸੇ ਲੈ ਕੇ ਕਈ ਵਾਰੀ ਗਲਤ ਬਹੁਤ ਸਾਰੇ ਕੰਮ ਹੁੰਦੇ ਆ, ਲੋਕ ਰੁਲਦੇ ਰਹਿ ਜਾਂਦੇ ਉਹਦੇ ਸੰਬੰਧ 'ਚ ਹੀ। ਇਹ ਸੰਗਤ ਦਰਸ਼ਨ ਆ ਸਭ ਲੋ, ਇਹ ਕਾਗਜ਼ ਪੱਤਰੀ ਸਾਰਾ ਕੁਛ ਲੈ ਜਾਣਾ ਲੋਕਾਂ ਰਹਿ ਜਾਣੀਆਂ, ਫਾਈਲਾਂ ਫਿਰ ਲੜਦੀਆਂ ਰਹਿ ਜਾਣੀਆਂ, ਕਿਉਂਕਿ ਅੱਗੇ ਵੀ ਸੰਗਤ ਦਰਸ਼ਨ ਬਹੁਤ ਸਾਰੀਆਂ ਸਰਕਾਰਾਂ ਨੂੰ ਲਾਏ, ਇਹਦਾ ਕੋਈ ਫਾਇਦਾ ਨਹੀਂ ਜੇ ਦਫ਼ਤਰਾਂ 'ਚ ਹੀ ਬੰਦੇ ਹੈ ਨਹੀਂ, ਕਿ ਜਦੋਂ ਕਿਤੇ ਕਿਸੇ ਵੀ ਦਫ਼ਤਰ 'ਚ ਜਾ ਕੇ ਫਿਰ ਮੰਗ ਪੱਤਰ ਦਿੰਦੇ ਹਾਂ, ਉੱਥੇ ਕਹਿੰਦੇ ਆ ਉਹਨਾਂ ਨੂੰ ਕੋਈ ਕੰਮ ਕਹਿੰਦੇ ਆ, ਕਹਿੰਦੇ ਸਾਡੇ ਕੋਲ ਬੰਦੇ ਹੀ ਹੈ ਨਹੀਂ, ਮੁਲਾਜ਼ਮ ਹੀ ਦੋ ਆ, ਆ ਐਸ ਐਚ ਓ ਕਹਿਣ ਡਿਆ ਮੇਰੇ ਦੋ ਹੀ ਮੁਲਾਜ਼ਮ ਆ, ਜੇ ਹਾਈ ਕੋਰਟ ਚਲੇ ਜਾਏ ਫਿਰ ਦੋ ਰਹਿ ਜਾਣੇ ਰਹਿ ਜਾਂਦੇ, ਤੀਜਾ ਚਲੇ ਜਾਂਦਾ। ਇਸ ਕਰਕੇ ਸਰਕਾਰਾਂ ਨੂੰ ਇਸ ਵੇਲੇ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ 'ਤੇ ਆ, ਉਹਦੀ ਹੱਲ ਕਰਨਾ ਚਾਹੀਦਾ, ਰੱਖਣ ਚਾਹੀਦੇ ਆ। ਆਹ ਪੁੱਛੀ ਬਾਨ ਹੈ ਜਿਹਦੀ ਵੱਡੀ ਸਮੱਸਿਆ, 10 ਸਾਲਾਂ ਤੋਂ ਰਿਪੇਅਰ ਨਹੀਂ ਹੋਈ, ਵਾਰ ਵਾਰ ਖੁਰਦੇ ਆ ਕਿ ਬੇਲਦਾਰ ਰੱਖੇ ਹੁੰਦੇ ਸੀ ਲਗਾਤਾਰ, ਜਿੱਥੇ ਕਿਤੇ ਖਾਲਾ ਖੁਲਾ ਭੁੱਲੇ ਕੇ ਖਰਾਬ ਕਰ ਦਿੰਦੇ ਉੱਥੇ ਲਾਉਂਦੇ ਹੁੰਦੇ ਸੀ, ਹੁਣ ਲੱਗਦੀ ਨਹੀਂ ਹੈ। ਬੰਨ ਜਦੋਂ ਪਿਛਲੇ ਸਾਲ ਹੜ ਆਏ ਆ, ਲੋਕਾਂ ਦੇ ਸਹਿਯੋਗ ਨਾਲ ਵੱਧ ਗਏ, ਬਾਬਿਆਂ ਨੇ ਤਾਂ ਨਾਲ ਹੋ ਕੇ ਬਣਾ ਤੇ, ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਅੱਜ ਵੀ ਖਬਰਾਂ ਆਈ ਜਾਂਦੀਆਂ ਹੜ ਦਾ ਦਿਨ ਆ ਗਏ, ਮੀਂਹ ਦੇ ਦਿਨ ਆ, ਪਰ ਜੇ ਬੀ ਸੀਆਂ ਖੜੀਆਂ ਕਰਕੇ ਤੇਲ ਫੂਕ ਕਾਗਜ਼ਾਂ ਪੂਰਤੀ ਕਰਕੇ ਕਰ ਜਾਂਦੇ, ਕਿਤੇ ਨਾਲੇ ਦੀ ਕਿਸੇ ਦੀ ਸਫਾਈ ਨਹੀਂ ਹੈ ਹੋਈ, ਸਰਕਾਰ ਕਹੀ ਜਾਂਦੀ ਬਿਆਨ ਮੁਕੰਮਲ ਪ੍ਰਬੰਧ ਹੋ ਗਏ, ਜਦੋਂ ਲੋਕ ਰੁੜਦੇ ਹੁੰਦੇ ਫਿਰ ਕਿਸ਼ਤੀਆਂ ਲੈਂਦੇ ਤੇ ਉਦੋਂ ਮੁਕੰਮਲ ਪ੍ਰਬੰਧ ਪਹਿਲੇ ਮੀਂਹਾਂ ਹੀ ਉੜ ਜਾਂਦੇ, ਬਹੁਤ ਸਾਰੇ ਥਾਵਾਂ 'ਤੇ ਹੋਇਆ ਵੀ ਆ। ਇਸ ਕਰਕੇ ਇਹ ਸਮੱਸਿਆਵਾਂ ਬਹੁਤ ਹੈਗੀਆਂ, ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਰੀਆਂ ਆਪਣੀਆਂ ਗੱਲਾਂ 'ਤੇ ਕਰੀ ਜਾਂਦੀ ਆ ਵੀ ਲੋਕਲ ਗਰਾਊਂਡ ਪੱਧਰ 'ਤੇ ਉਹ ਕੰਮ ਨਹੀਂ ਹੈ, ਬਦਲਾਅ ਵਾਲੀ ਸਰਕਾਰ ਦਾ ਵੀ ਕੋਈ ਉਹ ਪ੍ਰਬੰਧ ਨਹੀਂ ਹੈ, ਕਈ ਬਹੁਤ ਕੁਛ। ਪੰਜਾਬ ਕੇ ਫਿਰੋਜ਼ਪੁਰ ਮੇ CIA ਨੇ ਨਸ਼ੀਲੀ ਦਵਾਈਓ ਕੀ ਡਿਲੀਵਰੀ ਦੇਣੇ ਆਏ 3 ਤਸਕਰੋਂ ਕੋ ਗ੍ਰਿਫਤਾਰ ਕੀਆ ਹੈ। SSP ਸੋਮਿਆ ਮਿਸ਼ਰਾ ਨੇ ਮਾਮਲੇ ਕਾ ਖੁਲਾਸਾ ਕਰਤੇ ਹੋਏ ਬਤਾ ਹੈ ਕਿ ਪੁਲਿਸ ਨੇ 1 ਕਿਲੋ ਹੀਰੋਇਨ ਔਰ 7 ਲੱਖ ਰੁਪਏ ਕੀ ਡਰਗ ਮਨੀ ਕੇ ਸਾਥ ਇੱਕ ਮਹਿਲਾ ਔਰ 2 ਯੁਵਕੋ ਕੋ ਗ੍ਰਿਫਤਾਰ ਕਰਨੇ ਮੇ ਸਫਲਤਾ ਹਾਸਿਲ ਕੀ ਹੈ। ਜੋ ਹੀਰੋਇਨ ਕੀ ਖੇਪ ਫਿਰੋਜ਼ਪੁਰ ਮੇ ਸਪਲਾਈ ਕਰਨੇ ਕੇ ਲੀਏ ਲਾਏ ਥੇ ਕੋਰ ਔਰ ਉਸਕਾ ਦਾਮਾਦ ਹਰਪਾਲ ਸਿੰਘ ਲੰਬੇ ਸਮੇਂ ਸੇ ਹੀਰੋਇਨ ਕੇ ਕਾਰੋਬਾਰ ਮੇ ਸੰਲਿਪਤ ਹੈ ਔਰ ਜਿਨਕੀ ਸੂਚਨਾ ਪੁਲਿਸ ਕੋ ਦੀ ਗਈ ਥੀ ਔਰ ਪੁਲਿਸ ਨੇ ਨਾਕਾਬੰਦੀ ਕੇ ਬਾਅਦ ਉਹਨੇ ਗ੍ਰਿਫਤਾਰ ਕਰ ਲਿਆ ਹੈ। ਫਿਰੋਜ਼ਪੁਰ ਸੇ ਸੁਖਚੈਨ ਸਿੰਘ ਕੀ ਰਿਪੋਰਟ। ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਅਰਨੈਸ ਐਂਡ ਇਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ। ਇਸ ਦੌਰਾਨ ਜਿਹੜੇ ਇਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੋਟਸਪੋਟਸ ਹੈ ਜਾਂ ਡਰੱਗ ਅਫੈਕਟਡ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਅਤੇ ਨਾਕਾਬੰਦੀ ਕਰ ਰਹੇ ਨੇ। ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ। ਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ।
ਟੋਟਲ 989 ਗ੍ਰਾਮਸ ਆਫ ਹੈਰੋਇਨ ਅਤੇ 7 ਲੱਖ ਡਰੱਗ ਮਨੀ ਰਿਕਵਰ ਕੀਤਾ ਗਿਆ ਹੈ। ਇਹ 3 ਬੰਦੋ ਦੇ ਪੁਜ਼ੈਸ਼ਨ 'ਚ ਵਿੱਚ ਸੀਗਾ। ਇਹਦੇ ਵਿੱਚ 3 ਦੋਸ਼ੀ ਨੇ, ਹਰਪਾਲ ਸਿੰਘ ਅਤੇ ਕੁਲਦੀਪ ਸਿੰਘ ਅਤੇ ਇੱਕ ਲੇਡੀ ਪਰਮਜੀਤ ਕੌਰ, ਇਨ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਜੀ। ਹਾਂਜੀ, ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ, ਉਹਦੇ ਉੱਪਰ 2 ਮੁਕੱਦਮੇ ਦਰਜ ਨੇ, ਅਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬ ਡਿਵੀਜ਼ਨ ਦੀ, ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ। ਮੈਮ, ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹੀਰੋਇਨ ਔਰ ਕਿੱਥੇ ਜਾ ਰਹੇ ਹੈਗੇ ਸੀਗੇ ਜੀ? ਮੈਮ, ਸਾਨੂੰ ਇਨਪੁੱਟ ਮਿਲਾ ਸੀਗਾ, ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਐਕਟਿਵ ਹੈ, ਅਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਮਾਈ ਸੀਗਾ, ਅਤੇ ਇਹ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੀਰੋਇਨ ਨੂੰ ਲੈ ਕੇ ਆ ਰਹੇ ਸੀਗੇ, ਅਤੇ ਇਹਨਾਂ ਦਾ ਮਕਸਦ ਇਸੇ ਇੱਥੇ ਵੇਚਣਾ ਸੀਗਾ। ਅਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸ਼ਤੈਦੀ ਨਾਲ ਕੰਮ ਕਰਕੇ ਇਨਪੁੱਟ ਦੇ ਉੱਪਰ ਕੰਮ ਕਰਦੇ ਹੋਏ ਅਤੇ ਨਾਕਾਬੰਦੀ 'ਤੇ ਸਤਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ, ਅਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ। ਹਾਂਜੀ, ਜਿਹੜੇ ਇਹ 3 ਦੋਸ਼ੀ ਸੀਗੇ ਇਹ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ, ਇਹਨਾਂ ਦੀ ਗੱਡੀ ਸੀਗੀ, ਅਤੇ ਅਸੀਂ ਇਹਨੂੰ ਵੀ